50000 ਰੁਪਏ ਦਾ ਮਾਲ ਦੇ ਇੱਕ ਦੁਕਾਨਦਾਰ ਖਰੀਦ ਲੈਂਦਾ ਠੀਕ ਹੈ ਸਿਰਫ ਉਹਦੀ ਨੀਅਤ ਨਾਲ ਹੈ ਸਾਰਾ 50000 ਦਾ ਮਾਲ ਵਿੱਚ ਘੜ ਤੋਂ ਘੜਦਾ 10000 ਰੁਪਏ ਕਮਾ ਸਕਦਾ 50000 ਰੁਪਏ ਇਨਵੈਸਟ ਕਰਕੇ 10000 ਰੁਪਏ ਕਮਾ ਸਕਦਾ ਕਮਾ ਸਕਦਾ ਉਹ ਇੱਕ ਦਿਨ 'ਚ ਵੇਚ ਲੇ ਦੋ ਦਿਨ 'ਚ ਵੇਚ ਲੇ ਤਿੰਨ ਦਿਨਾਂ 'ਚ ਵੇਚ ਲੇ ਠੀਕ ਹੋ ਗਿਆ ਠੀਕ ਸਾਡੇ ਸੇਲਜ਼ਮੈਨ ਨੇ ਸਾਡੇ ਕੋਲ ਲੈ ਕੇ ਜਾਂਦੇ ਨੇ 50000 ਦਾ ਕੀ

कि कौन सा कारोबार किया जाए तो कि जितनी भी फैक्ट्रिया होती है जितनी भी मशीनें होती हैं वो लाखों में लगती हैं आज हमारे साथ राना शहजाद साहब मौजूद हैं जिनका कहना यह है कि पूरे पाकिस्तान के अंदर जितने भी बेरोजगार लोग हैं जितने भी खातन मर्द जितने भी लोग हैं जिनके पास ज्यादा इन्वेस्टमेंट नहीं है बड़ी बड़ी फैक्ट्रियां लगाने के लिए बड़े बड़े कारोबार करने के लिए ना ही दो लाख ना ही एक लाख सिर्फ पचास हजार रुपए अगर आपकी जेब में है तो आप इनके पास लेके आ जाए या आपको पचास हजार रुपए के अंदर कैसा कारोबार करवा के देंगे

ਕਿੰਨੇ ਪੈਸੇ ਕਮਾ ਸਕਦੇ ਨੇ ਜ਼ਰਾ ਡਿਟੇਲ ਨਾਲ ਦੱਸੋ ਮੈਂ ਤੇ ਆਹੀ ਕਵਾਂਗਾ ਯਾਰ ਜਿਹੜਾ ਬੰਦਾ ਬਰੋਜ਼ਗਾਰ ਹੈ ਨਾ ਬਰੋਜ਼ਗਾਰ ਰਹਿਣਾ ਨਹੀਂ ਚਾਹੀਦਾ ਕੰਮ ਕਰੇ ਘਰ ਫਾਰਗ ਉਂਝ ਵੀ ਨੇ ਟਾਈਮ ਗੁਜ਼ਰਦਾ ਤੇ ਰਿਸ਼ਤੇਦਾਰ ਵੀ ਲਾਂ ਦਾ ਨਹੀਂ ਕਰਦੇ ਨੇ ਇਸੇ ਤਰ੍ਹਾਂ ਹੀ ਹੈ ਹਾਂਜੀ ਤੁਸੀਂ 50000 ਰੁਪਏ ਕੋਈ ਵੀ ਰਿਸ਼ਤੇਦਾਰ ਦੇ ਦੇਂਦਾ ਚਾਹੇ ਜਿੰਨਾ ਮਰਜ਼ੀ ਮਾੜਾ ਹੋਵੇ ਜੀ 50000 ਬੰਦਾ ਇਕੱਠਾ ਕਰ ਹੀ ਲੈਂਦਾ ਉਹ ਲੈ ਕੇ ਮੇਰੇ ਕੋਲ ਆ ਜਾ ਠੀਕ ਹੈ ਠੀਕ ਹੈ ਮੈਂ ਉਹਨਾਂ ਨੂੰ ਵੈਪਰ ਦਿਆਂਗਾ ਠੀਕ ਹੈ ਠੀਕ ਹੈ ਜਿੱਥੋਂ ਵੀ ਆਵੇ ਵੈਪਰ ਇੱਕ ਐਸੀ ਚੀਜ਼ ਹੈ ਹਰ ਘਰ ਦੀ ਜ਼ਰੂਰਤ ਹੈ ਠੀਕ ਹੈ ਜਿਸ ਘਾਰ ਜ ਮੇਰਾ ਹਰ ਕੋਈ ਵੀ ਘਰ ਐਸਾ ਨਹੀਂ ਹੋਣਾ ਜਿੱਥੇ ਵੈਪਰ ਨਹੀਂ ਹੈ ਠੀਕ ਹੈ ਠੀਕ ਹੈ ਉਹ ਮੇਰੇ ਕੋਲ ਆਵੇ ਮੈਨੂੰ ਵੈਪਰ ਦੇਗਾ ਠੀਕ ਹੈ ਇਹ ਜਾ ਕੇ ਵੇਖ ਤੇ ਠੀਕ ਹੈ ਠੀਕ ਹੈ ਜਿੱਤੋ ਵੀ ਆਵੇ ਆਪਣੇ ਆਪਣੇ ਲਾਕੇ ਜੀ ਵੈਪਰ ਵੇਚੇ ਵੈਪਰ ਵੀ ਇਹੋ ਜਿਹਾ ਦੇਗਾ ਇਨਸ਼ਾ ਅੱਲਾਹ ਤਾਲਾ ਜਿੱਥੇ ਵੀ ਦੇਗਾ ਉਹਨੂੰ ਵੀ ਯਾਦ ਕਰੇਗਾ ਤੇ ਉਹ ਸਾਨੂੰ ਯਾਦ ਕਰੇਗਾ ਇਹ ਦੇਖੋ ਨਾ ਇੱਕ ਆਈਟਮ ਬਣਾਈ ਅਸਾਂ ਇਸ ਸਟੀਲੰ ਸਟੀਲ ਦੀ ਐਟਮ ਹੈ ਟੋਟਲ ਸਟੀਲ ਇਸ ਨਾਨ ਮੈਗਨਟ ਇਹਦੇ ਨਟ ਪੇਸ ਵੀ ਨਾਨ ਮੈਗਨਟ ਨੇ ਠੀਕ ਹੈ ਬਹੁਤ ਸਟਰੋਂਗ ਵੈਪਰ ਹੈ ਐ ਚੈੱਕ ਕਰੋ ਜੇ ਬੋਲੇ ਇਸ ਤਰ੍ਹਾਂ ਲਾ ਕੇ ਵੈਪਰ ਨਹੀਂ ਫੇਰਦਾ ਠੀਕ ਹੈ ਇਹ ਟੁੱਟ ਨਹੀਂ ਸਕਦਾ ਵੈਪਰ ਠੀਕ ਹੋ ਗਿਆ ਸਰ ਜੇ ਅਗਰ ਕੋਈ ਬੰਦਾ 50000 ਰੁਪਏ ਲੈ ਕੇ ਤੁਹਾਡੇ ਕੋਲ ਆਂਦਾ ਹੈ ਤੁਸੀਂ ਉਹਨੂੰ ਕਿੰਨੇ ਵੈਪਰ ਦਿਓਗੇ ਕਿ ਉਹ 50000 ਰੁਪਏ ਦੇ ਨਾਲ ਕਿੰਨੇ ਪੈਸੇ ਕਮਾ ਸਕਦਾ ਹੈ ਕਿ ਸੇਲ ਕਰਕੇ ਐ ਅਸੀਂ ਜਿਹੜਾ ਸਾਡੇ ਕੋਲ ਦਰਜਨ ਜਾਂ 2-4 ਪੀਸ ਲੈਣ ਆਂਦਾ ਨਾ ਉਹਨੂੰ ਅਸੀਂ 700 ਰੁਪਏ ਦਾ ਪੀਸ ਦੇਨੇ ਆ ਐ ਵਾਲਾ ਇਹਦੀ ਅੱਗੇ ਸੇਲ ਪ੍ਰਾਈਸ ਕੀ ਹੈ ਸੇਲ ਪ੍ਰਾਈਸ ਹੈ ਆਪਣਾ ਆਪਣਾ ਟੈਗ ਲਾਇਆ ਜੀ ਲੋਕਾਂ ਨੇ ਕੋਈ 1500 ਦਾ ਦੇ ਰਿਹਾ ਕੋਈ 1200 ਦਾ ਦੇ ਰਿਹਾ ਠੀਕ ਠੀਕ ਇੰਨੇ ਦਾ ਵੈਪਰ ਦੇ ਵੇਖ ਰਿਹਾ ਸਾਨੂੰ ਪਤਾ ਸਾਡੇ ਸੇਲ ਮੈਨ ਦੱਸ ਦੇ ਨੇ ਠੀਕ ਹੈ لیکن ਸਾਡੇ ਕੋਲ ਆਵੇ ਅਸੀਂ ਉਹਨੂੰ نہایت ਸਸਤਾ ਦੇਾਂਗੇ جی ٹھیک ہے پورا ਕਾਪਰੇਟ ਕਰਾਂਗੇ ਮਾੜੇ ਬੰਦੇ ਨਾਲ ਕਾਪਰੇਟ ਕਰੋ ਨਾ ਅੱਲਾਹ ਤਾਲਾ ਵੀ ਉਹਦੀ ਮਦਦ ਕਰਦਾ ਸਭ ਤੋਂ ਘੱਟ ਤੋਂ ਘੱਟ ਤੁਹਾਡੇ ਕੋਲ ਵੇਪਰ ਕਿੰਨੇ ਦਾ سٹارٹ ਹੋ ਰਿਹਾ ਤੇ ਕਿੰਨੇ ਤੱਕ ਜਾ ਰਿਹਾ ਵੇਪਰ ਸਾਡੇ ਕੋਲ 150 ਰੁਪਏ ਤੋਂ سٹارਟ ਹੁੰਦਾ ਹੈ ਪਲਾਸਟਿਕ ਦਾ ਵੇਪਰ ਪਲਾਸਟਿਕ ਦਾ ਪਰ ਟੋਟਲ ਪਲਾਸਟਿਕ ਕੁਝ ਵੀ ਨਹੀਂ ਹੈ ਠੀਕ ਹੈ ਤੇ ਐ 700 ਰੁਪਏ ਤੱਕ ਦਾ ਵਪਾਰ ਹੈ ਸਾਡਾ ਠੀਕ ਹੋ ਗਿਆ ਸਰ ਅਗਰ ਐ ਦੱਸਦੇ ਹੋ ਕਿ ਅਗਰ ਕੋਈ ਬੰਦਾ 50000 ਰੁਪਏ ਕਾਰੋਬਾਰ 'ਚ ਇਨਵੈਸਟ ਕਰਦਾ ਹੈ 50000 ਦਾ ਤੁਹਾਡੇ ਕੋਲ ਮਾਲ ਚੁੱਕਦਾ ਹੈ ਔਰ ਅੱਗੇ ਕਿੰਨੇ ਦਾ ਸੇਲ ਕਰ ਸਕਦਾ ਉਹਨੂੰ 50000 ਦੇ ਉੱਤੇ ਕਿੰਨੀ ਪ੍ਰੋਫਿਟ ਆ ਸਕਦੀ ਹੈ ਮੈਂ ਤੁਹਾਨੂੰ ਇਹ ਦੱਸਣਾ ਬੰਦਾ ਮਿਹਨਤੀ ਹੈ ਨਾ ਉਹ 50000 ਦਾ ਮਾਲ ਇੱਕ ਦਿਨ 'ਚ ਵੇਚ ਲਏਗਾ ਮਿਹਨਤੀ ਹੈ ਬੰਦਾ ਠੀਕ ਹੋ ਗਿਆ ਅੱਜ ਕਿਸੇ ਦੁਕਾਨ ਤੇ ਫੇ ਅਗਲੀ ਦੇ ਤੀਸਰੀ ਦੇ ਚੌਥੀ ਦੇ ਪੰਜਵੀਂ ਦੇ ਇਸ ਤਰ੍ਹਾਂ ਮਿਹਨਤ ਕਰਦਾ ਜਾਏ 50000 ਰੁਪਏ ਦਾ ਮਾਲ ਤੇ ਇੱਕ ਦੁਕਾਨਦਾਰ ਖਰੀਦ ਲੈਂਦਾ ਠੀਕ ਸਿਰਫ ਉਹਦੀ ਨੀਅਤ ਨਾਲ ਹੈ ਸਾਰਾ ਉਹਨੇ ਜ਼ਿਹਨ ਘਰੋ ਬਣਾ ਕੇ ਜਾਣਾ ਹੈ ਨਾ ਕਿ ਮੈਂ ਅਜ ਮਾਲ ਵੇਚ ਕੇ ਆਣਾ ਹੈ ਤੇ ਇਨਸ਼ਾ ਅੱਲਾਹ ਵਿਕ ਜਨ 50000 ਦਾ ਮਾਲ ਵੇਚ ਘੜ ਤੋਂ ਘੜ ਦਾ 10000 ਰੁਪਏ ਕਮਾ ਸਕਦਾ 50000 ਰੁਪਏ ਇਨਵੈਸਟ ਕਰਕੇ 10000 ਰੁਪਏ ਕਮਾ ਸਕਦਾ 10000 ਰੁਪਏ ਕਮਾ ਸਕਦਾ ਉਹ ਇੱਕ ਦਿਨ ਚ ਵੇਚ ਲੇ ਦੋ ਦਿਨ ਚ ਵੇਚ ਲੇ ਤਿੰਨ ਦਿਨਾਂ ਚ ਵੇਚ ਲੇ ਠੀਕ ਹੋ ਗਿਆ ਠੀਕ ਸਾਡੇ ਸੇਲਜ਼ਮੈਨ ਨੇ ਸਾਡੇ ਕੋਲ ਲੈ ਕੇ ਜਾਂਦੇ ਨੇ 50000 ਦਾ ਕਿ ਲੱਖ ਲੱਖ ਰੁਪਏ ਦਾ ਮਾਲ ਲੈ ਕੇ ਜਾਂਦੇ ਨੇ ਸਵੇਰ ਨੂੰ ਲੈ ਕੇ ਜਾਂਦੇ ਨੇ ਸ਼ਾਮ ਨੂੰ ਵੇਚ ਕੇ ਆ ਜਾਂਦੇ ਨੇ ठीक हर तरह का वाइपर इनके पास मौजूद है और वाइपर एक, एक महीने के बाद हर, हर तो इनसे लेने के बाद आप लोग इसे हंस के सेल कर सकते हैं इजीली सेल हो सकता है इसको सेल करने में भी कोई परेशानी का सामना नहीं करना पड़ेगा अगर आप लोग बेरोजगार है पचास हजार के अंदर आप कारोबार करना चाहते हैं तो पचास हजार रुपया लेके इनके पास आ जाए पचास तो हजार का इनसे माल उठाए चाहे वो एक दिन में सेल कर ले दो दिन में सेल कर ले आप उसको साठ हजार का सेल कर सकते हैं बात है शानदार वेपर जो हमने अभी नया बनाया शानदार नाम के वेपर है ये टोटल स्टील एंड स्टील है ठीक है ये वेपर लेके जाए इन शाह तला आपको लोग याद करेंगे ठीक है जी जिसे क्योंकि हम तो नहीं जा सकते पता नहीं पाकिस्तान कितना बड़ा है ठीक है, ठीक है? जो भी जहां से आएगा जहां भी देगा

मेट्रो वेपर वाली हमारा ये फैक्ट्री है छोटी सी माशाल्लाह ठीक है नंबर है हमारा जीरो तीन सौ बारह सात सौ पचहत्तर पचास पचास ठीक है अगर किसी ने एक दो वेपर घर के लिए लेने हैं वो हम बायो का लिंक देंगे द्रास का वो दराज से ऑर्डर कर ले अगर किसी ने होलसेल चाहिए दुकान के लिए या सेल करने के लिए वो भी ना मेरे साथ रहा कर